ਵੈਲਕਮ ਬੈਕ ਟੂ ਅਮਰੀਕਨ ਵਿਜ਼ਨ ਤੇ ਆਓ ਆਪਾਂ ਉਹ ਤੋਂ ਅੱਗੇ ਚੱਲੀ। ਹਾਂਜੀ ਭਾਜੀ, ਹਾਂ ਹਾਂ, ਯਾਨੀ ਕਿ ਇਹ ਗੱਲਾਂ ਹੋ ਰਹੀਆਂ ਸਨ ਕਿ ਪੰਜਾਬੀ ਕਿੰਨੀ ਕੰਪ੍ਰੀਹੈਂਸਿਵ ਜ਼ਬਾਨ ਹੈਗੀ ਤੇ ਔਰ ਕਿਹੜੀ ਕਿਹੜੀ ਜ਼ਬਾਨਾਂ ਇਹਦੇ ਚੋਂ ਨਿਕਲੀਆਂ ਨੇ, ਕਿਵੇਂ ਕਿਵੇਂ ਇਹਨਾਂ ਨੇ ਸਮੋਇਆ। ਇਹ ਮਾਂ ਹੈਗੀ ਕਈ ਜ਼ਬਾਨਾਂ ਦੀ, ਅਤੇ ਉੱਤੋਂ ਸਿਰਫ ਇਹ ਹੀ ਨਹੀਂ ਹੈਗੀ, ਇਹ ਕੋਈ ਜ਼ਬਾਨ ਸਿਰਫ ਜ਼ਬਾਨ ਨਹੀਂ ਹੈਗੀ, ਉਹ ਜਿਹੜਾ ਕਲਚਰ ਹੈਗਾ ਨਾ, ਅਸੀਂ ਰੱਜੇ ਹੋਏ ਹਾਂ ਯਾਰ। ਯਾ ਅਸੀਂ ਖੁਦ ਖਾਂਦੇ ਹਾਂ, ਖੁਦ ਪਕਾਉਂਦੇ ਹਾਂ, ਉੱਤੋਂ ਗੈਰਤ ਜਿਹੜਾ ਹੈਗਾ, ਉੱਤੋਂ ਸਾਡੀ ਜਿਹੜੀ ਬਰੇਵਰੀ, ਦਲੇਰੀ ਦੀਆਂ ਜਿਹੜੀਆਂ ਮਿਸਾਲਾਂ ਹੈਗੀਆਂ ਨੇ, ਇਹ ਸਾਰਾ ਜਿਹੜਾ ਹੈਗਾ ਨਾ, ਇੱਕ ਪੈਕੇਜ ਜਿਹੜਾ ਹੈਗਾ, ਉਸ ਕਲਚਰ ਦਾ ਹਿੱਸਾ ਹੈਗਾ। ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਵੀ ਇੱਥੇ ਨਾ ਜੀ, ਉਹ ਤੁਹਾਨੂੰ ਸ਼ੈਕਸਪੀਅਰ ਪੜ੍ਹਾਇਆ ਜਾਂਦਾ ਹੈ ਅਤੇ ਹੋਰ ਪੜ੍ਹਾਈਆਂ ਜਾਂਦੀਆਂ, ਆਈ ਮੀਨ ਪਿਕ ਅਪ ਆਪਣਾ ਸੋਹਣੀ ਮਹਿਵਾਲ, ਹੀਰ ਰਾਂਝਾ, ਯੂ ਨੋ ਸੱਸੀ ਪੁੰਨੂ, ਆਈ ਮੀਨ ਹਾਊ ਯੂ ਕੈਨ ਗੋ ਬਿਯੋਂਡ ਦੈਟ। ਬਿਯੋਂਡ ਦੈਟ, ਹਾਂ, ਹੁਣ ਸਾਰੀਆਂ ਜਿਹੜੀਆਂ ਕਹਾਣੀਆਂ ਮਿਲਦੀਆਂ। ਹੁਣ ਤੁਸੀਂ ਬੜੀ ਚੰਗੀ ਗੱਲ ਕੀਤੀ ਹੈ, ਮੇਰੀ ਅਗਲੀ ਫਿਲਮ ਜਿਹੜੀ ਬਣ ਰਹੀ ਹੈ ਨਾ, ਉਹ ਮੈਂ 10% ਸ਼ੂਟ ਵੀ ਕਰ ਲਈ ਹੈ, ਬਾਕੀ ਤਾਂ ਮੈਂ ਉਹ ਕਰ ਰਿਹਾ। ਉਹਦਾ ਫਿਲਮ ਦਾ ਨਾਂ ਹੈ ਦੇਸੀ ਸ਼ੈਕਸਪੀਅਰ, ਔਰ ਉਹ ਦੇਸੀ ਸ਼ੈਕਸਪੀਅਰ ਜਿਹੜੀ ਹੈਗੀ ਕਹਾਣੀ, ਜਿਹੜੀ ਰੋਮੀਓ ਜੂਲੀਅਟ ਹੈ ਔਰ ਹੀਰ ਰਾਂਝੇ ਦੀ ਕਹਾਣੀ ਬਹੁਤ ਮਿਲਦੀ ਜੁਲਦੀ ਹੈਗੀ। ਉਹਨਾਂ ਦਾ ਆਪਸ ਵਿੱਚ ਕੰਬੀਨੇਸ਼ਨ ਹੈਗਾ, ਯਾਨੀ ਕਿ ਉਹ ਕਿਵੇਂ ਉਹਨਾਂ ਦਾ ਇੰਟਰੈਕਸ਼ਨ ਕਿਵੇਂ, ਉਹਦਾ ਤਾਂ ਇੱਕ ਸਟਾਇਰ ਹੈ, ਇੱਕ ਪੰਜਾਬੀ। ਹਾਂਜੀ, ਸੁਣਾਓ ਜ਼ਰਾ, ਫਿਰ ਅੱਗੇ ਚੱਲਦੇ ਹਾਂ। ਮੇਰੀ ਜਿਹੜੀ ਪੋਇਟਰੀ ਹੈਗੀ ਨਾ, ਥੋੜ੍ਹੀ ਜਿਹੀ ਐਬਸਟ੍ਰੈਕਟ ਹੁੰਦੀ ਹੈ, ਆਈ ਨੋ ਦੈਟ, ਆਈ ਨੋ, ਤੁਸੀਂ ਸੁਣੀ ਹੋਏਗੀ। ਇਹ ਉਰਦੂ 'ਚ ਹੈਗੀ, ਆਈ ਵਿਸ਼ ਕਿ ਮੈਂ ਪੰਜਾਬੀ ਦੀ ਲੈ ਆਉਂਦਾ, ਲੇਕਿਨ ਚਲੋ ਸ਼ੇਅਰ ਕਰ ਲੈਣਾ ਹੈਗਾ, ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਤੂੰ ਮੇਰੀ ਜ਼ਿੰਦਗੀ ਕੇ ਨਾਟਕ ਕੀ ਸ਼ਕੁੰਤਲਾ ਹੈ, ਤੂੰ ਮੇਰੀ ਜ਼ਿੰਦਗੀ ਕੇ ਨਾਟਕ ਕੀ ਸ਼ਕੁੰਤਲਾ ਹੈ, ਤੇਰਾ ਹੁਸਨ ਵਹੀ ਵਾਨਵੀ ਕੇ ਨਾਵਲ ਜੈਸਾ ਹੈ, ਜਿਸੇ ਦੇਖਤੇ ਹੀ ਦਰਖਤ ਆਪਣੇ ਜਿਸਮ ਕਾ ਚੀੜ ਛੋੜ ਦੇਤੇ ਹੈਂ, ਜਿਸੇ ਦੇਖਤੇ ਹੀ ਦਰਖਤ ਆਪਣੇ ਜਿਸਮ ਕਾ ਚੀੜ ਛੋੜ ਦੇਤੇ ਹੈਂ, ਕਦੀਮ ਕਾਨੂੰਨ ਕੇ ਮੁਤਾਬਿਕ ਤੇਰੇ ਹੁਸਨ ਕੇ ਛਠੇ ਹਿੱਸੇ ਪੇ ਮੇਰਾ ਹੱਥ ਹੈ, ਤੇਰੀ ਅੰਗੜਾਈ ਸੇ ਯੇ ਧਰਤੀ ਥਰ ਥਰ ਕਾਂਪਤੀ ਹੈ, ਤੇਰੀ ਅੰਗੜਾਈ ਸੇ ਯੇ ਧਰਤੀ ਥਰ ਥਰ ਕਾਂਪਤੀ ਹੈ, ਜਾਂ ਤੁਝੇ ਇਸ ਰਾਕਸ਼ਸ ਕੀ ਦੁਆ ਹੈ, ਤੇਰੇ ਸਰੀਰ ਕੋ ਕੋਈ ਇਨਸਾਨ, ਤੇਰੇ ਸਰੀਰ ਕੋ ਕੋਈ ਇਨਸਾਨ ਹਥਿਆਰਾ ਜਾਂ ਬਿਮਾਰੀ ਨਾ ਮਾਰ ਸਕੇਗੀ, ਔਰ ਬਾਦਲੋਂ ਕੀ ਮੱਟੀ ਸੇ ਘੜਾ ਤੇਰਾ ਬਦਨ, ਬਾਦਲੋਂ ਕੀ ਮੱਟੀ ਸੇ ਘੜਾ ਤੇਰਾ ਬਦਨ, ਜੈਸੇ ਲਿਖਾਰੀ ਕੇ ਅੰਗੂਠੋਂ ਨੇ ਤੇਰੇ ਜਿਸਮ ਕੇ ਉਭਾਰ ਕੋ ਸੰਵਾਰਾ ਹੈ। ਅੰਗੂਠੇ ਦੇ ਨਾਲ ਸਕਬ ਹੁੰਦਾ, ਹਾਂ, ਕੋ ਸੰਵਾਰਾ ਹੈ, ਵੋ ਆਪਣੇ ਦਿਮਾਗ ਮੇਂ ਠੋਂਸੀ ਉਂਗਲੀਓਂ ਕੋ ਦੂਰ ਖੜੀ ਨਾਟਕ ਕੇ ਪਰਦੋਂ ਕੋ ਬੰਦ ਕਰਤੀ ਔਰ ਖੋਲਤੀ ਹੈ, ਉਂਗਲੀਆਂ ਨੇ ਨਾਟਕ ਕੇ ਪਰਦੋਂ ਕੋ ਬੰਦ ਕਰਤੀ ਔਰ ਖੋਲਤੀ ਹੈ, ਕੁਰਸੀਆਂ ਸਮੇਟਤਾ ਚੌਕੀਦਾਰ, ਫੋਲਡ ਕਰਦਾ, ਕੁਰਸੀਆਂ ਸਮੇਟਤਾ ਚੌਕੀਦਾਰ, ਹਰ ਰੋਜ਼ ਕੀ ਤਰ੍ਹਾਂ ਆਜ ਵੀ ਵਹੀ ਸੋਚ ਰਿਹਾ ਹੈ ਕਿ ਸ਼ਹਿਵਤ ਕੇ ਬਦਨ ਮੇਂ ਆਜ ਕਿਤਨੇ ਸੁਰਾਖ ਹੋਏ। ਦੇਖੋ ਜਿਹੜੀ ਨਾ ਗੱਲ ਕਰਦੇ ਸੀ ਆਪਾਂ ਲੈਂਗੁਏਜ ਦੀ, ਪੰਜਾਬੀ ਦੀ, ਪੰਜਾਬੀ ਲੈਂਗੁਏਜ ਹੈ ਜਿਹੜੀ, ਵੀ ਕਿੱਦਾਂ ਉਰਦੂ ਪੰਜਾਬੀ ਤੋਂ ਉੱਤੋਂ ਡਿਵੈਲਪ ਹੋਇਆ ਵਿਦ ਦਾ ਯੂ ਨੋ ਆਪਣਾ ਟਰਕਿਸ਼, ਮਿਡਲ ਈਸਟ ਦੇ ਵਿੱਚੋਂ ਜਿਹੜੇ ਵੀ, ਚਾਹੇ ਉਹ ਸਾਊਦੀ ਅਰੇਬੀਆ ਤੋਂ ਨਿਕਲੇ ਆ, ਚਾਹੇ ਉਹ ਉਧਰੋਂ ਤੁਰਕਮਨਿਸਤਾਨ ਤੋਂ ਆਏ ਜਾਂ ਕਜ਼ਾਕਿਸਤਾਨ ਤੋਂ ਆਏ ਆ, ਯੂ ਨੋ ਇਰਾਨ ਤੋਂ ਆਏ, ਜਿੱਥੋਂ ਮਰਜ਼ੀ ਆਏ ਹੈਗੇ ਆ, ਕਿਉਂਕਿ ਜਿਹੜੀਆਂ ਕੁਛ ਕਹਾਵਤਾਂ ਬਣੀਆਂ ਹੋਈਆਂ ਆਪਣੇ, ਜਿੱਦਾਂ ਕਹਿੰਦੇ ਹੁੰਦੇ ਆ ਵੀ ਜੋ ਸੁੱਖ ਛੱਜੂ ਦੇ ਚਬਾਰੇ ਉਹ ਬਲਖ ਨਾ ਬੁਖਾਰੇ, ਨਾ ਬੁਖਾਰੇ, ਹਾਂਜੀ, ਬਲਖ ਵੀ ਸ਼ਹਿਰ ਆ, ਬੁਖਾਰਾ ਵੀ ਸ਼ਹਿਰ ਆ, ਆਮ ਬੰਦੇ ਤਾਂ ਕਿਸੇ ਨੂੰ ਪਤਾ ਹੀ ਨਹੀਂ, ਜਿੰਨਾ ਚਿਰ ਅਨਲੈਸ ਜੀਓਗ੍ਰਾਫਿਕਲੀ ਯੂ ਨੀਡ ਟੂ ਨੋ, ਹਾਂਜੀ, ਬਿਲਕੁਲ। ਅਤੇ ਇੱਕ ਮੈਂ ਤੁਹਾਨੂੰ ਬੜੀ ਮਜ਼ੇ ਦੀ ਗੱਲ ਦੱਸਦਾ ਵੀ ਮੇਰੇ ਨਾਲ ਇਹ ਹਾਦਸਾ ਹੋਇਆ ਸੀ ਕਿ ਮੈਂ ਬੈਂਕ 'ਚ ਸੀਗਾ ਸੀ ਉੱਥੇ ਇੰਡੀਆ, ਤਾਂ ਚੈੱਕ ਕੈਸ਼ ਕਰਾਉਣ ਆਇਆ ਬੰਦਾ, ਅੱਛਾ, ਠੀਕ ਹੈ ਜੀ, ਉਹਨੂੰ ਪਿੱਛੇ ਸਾਈਨ ਕੀਤੇ, ਤਾਂ ਮੈਂ ਦੇਖਿਆ ਤਾਂ ਮੈਂ ਉਹ ਸਾਈਨ ਇੱਦਾਂ ਚੈੱਕ ਕੇ ਮੈਂ ਚੈੱਕ ਕਰਕੇ ਉਹਨੂੰ ਕਿਹਾ, ਮੈਂ ਕਿਹਾ ਭਾਅ ਜੀ ਸਾਈਨ ਥੋੜ੍ਹੇ ਠੀਕ ਕਰੋ ਵੀ ਨਾ ਤੁਹਾਡਾ ਹੋ ਰਿਹਾ, ਤਾਂ ਕੀ ਲੰਡੇ ਮਾਰੇ ਹੋ ਆ ਤੁਸੀਂ, ਹਾਂ, ਤਾਂ ਉਹ ਮੈਨੂੰ ਕਹਿੰਦਾ, ਕਹਿੰਦਾ ਆਖੇ ਵੀ ਤੂਰ ਸਾਹਿਬ ਲੰਡੇ ਆ ਜਿਹੜੀ ਇਹ ਲੈਂਗੁਏਜ ਆ, ਅੱਛਾ, ਮੈਨੂੰ ਨਹੀਂ ਸੀ ਉਦੋਂ ਤੱਕ ਪਤਾ ਵੀ ਲੰਡੇ ਲੈਂਗੁਏਜ ਹੈਗੀ ਆ, ਮੈਨੂੰ ਇੰਨਾ ਪਤਾ ਲੱਗਾ ਸੀ ਵੀ ਇਹ ਕਹਿੰਦੇ ਵੀ ਲੰਡੇ ਮਾਰੇ ਹੋ ਆ, ਉਹ ਬਾਅਦ 'ਚ ਪਤਾ ਲੱਗਾ ਵੀ ਲੰਡੇ ਲੈਂਗੁਏਜ ਆ ਜਿਹੜੀ, ਵੀ ਜਿਹੜੇ ਇਹ ਹਿਸਾਬ ਕਿਤਾਬ ਰੱਖਦੇ ਸੀ ਨਾ ਵੀ ਮੁਨੀਮ ਹੁੰਦੇ ਸੀ ਵੀ ਪੈਸੇ ਕਿਹਨੂੰ ਦਿੱਤੇ ਕਿਹਦੇ ਕੋਲੋਂ ਆ ਗਏ, ਉਹ ਯੂਜ਼ ਹੀ ਉਹ ਲੈਂਗੁਏਜ ਕਰਦੇ ਸੀ, ਤਾਂ ਕਿ ਕਿਸੇ ਹੋਰ ਨੂੰ ਪਤਾ ਹੀ ਨਹੀਂ ਸੀ, ਹਾਂ, ਉਹ ਖਾਸ ਜਿਹੜੀ ਖਾਸ, ਯਾ ਯਾਰ ਇਸੇ ਤਰ੍ਹਾਂ ਹੀ ਜਦੋਂ ਇੰਡੀਆ 'ਤੇ
ਮੁਗਲ ਆਏ ਨੇ ਅਤੇ ਮੁਗਲਾਂ ਨੇ ਜਦੋਂ ਹਕੂਮਤ ਸੰਭਾਲੀ ਹੈ ਉਹਨਾਂ ਦੀ ਜਿਹੜੀ ਆਫਿਸ਼ਲ ਲੈਂਗੁਏਜ ਹੈਗੀ ਸੀ ਨਾ ਉਹ ਜਾਂ ਫਾਰਸੀ ਹੈਗੀ ਸੀ ਜਾਂ ਟਰਕਿਸ਼ ਹੈਗੀ ਸੀ ਉਹ 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 ਹੁਣ ਜਿਹੜੀ ਸ਼ਾਵਾਂ ਦੀ ਮੁਖੀ ਹੈ ਨਾ ਤਦੀ ਉੱਧਰ ਵਾਲਿਆਂ ਨੂੰ ਜਿਹੜਾ ਸਾਡਾ ਜਿਹੜਾ ਖੱਤ ਹੈਗਾ ਨਾ ਉਹਨੂੰ ਸ਼ਾਹ ਮੁਖੀ ਕਹਿੰਦੇ ਨੇ ਸ਼ਾਹ ਮੁਖੀ ਹਾਂ ਕਿਉਂਕਿ ਉਹ ਬਾਦਸ਼ਾਹਾਂ ਦੀ ਮੁਖੀ ਹੈ ਇਹ ਗੁਰੂਆਂ ਦੀ ਮੁਖੀ ਹੈ ਇਹ ਗੁਰਮੁਖੀ ਕਹਾਉਂਦੀ ਹੈ ਇਹ ਗੁਰਮੁਖੀ ਕਹਾਉਂਦੀ ਹੈ ਇਹ ਹੁਣ ਡਿਫਰੈਂਸ਼ੀਏਸ਼ਨ ਜਿਹੜੀ ਹੋਈ ਹੈ ਨਾ ਸ਼ਾਵਾਂ ਦੀ ਅਤੇ ਗੁਰੂਆਂ ਦੀ ਜਿਹੜੀ ਮੁਖੀ ਹੈ ਇਹ ਡਿਫਰੈਂਸ਼ੀਏਸ਼ਨ ਅੱਜ ਤੋਂ 200-300 ਸਾਲ ਪਹਿਲੇ ਦੀ ਹੋ ਗਈ ਜਦੋਂ ਉਰਦੂ ਐਂਟਰ ਹੋ ਰਹੀ ਸੀ ਜਦੋਂ ਇਹ ਸਾਡੇ ਕਲਚਰ 'ਤੇ ਸਾਡੇ ਉੱਤੇ ਔਰੰਗਜ਼ੇਬ ਅਤੇ ਇਹਨਾਂ ਨੇ ਆ ਕੇ ਜ਼ੁਲਮ ਕਰਨੇ ਸ਼ੁਰੂ ਕੀਤੇ ਨੇ ਜਦੋਂ ਦੇ ਮਿਸਟਿਸਿਜ਼ਮ ਔਰ ਮਿਸਟਿਕ ਜਿਹੜਾ ਸਾਡਾ ਪੰਜਾਬੀ ਜਿਹੜੀ ਹੈਗੀ ਨਾ ਪੰਜਾਬੀ ਸਿੱਖਇਜ਼ਮ ਮਜ਼ਹਬ ਨਹੀਂ ਹੈਗਾ ਇਟਸ ਏ ਵੇ ਆਫ ਲਾਈਫ ਇਹ ਪੰਜਾਬ ਦੀ ਰਹਿਣ ਸਹਿਣ ਦਾ ਜਿਹੜਾ ਹੈਗਾ ਨਾ ਜਿਹੜਾ ਨਾ ਮੈਨੂੰ ਇੱਕ ਤੁਹਾਨੂੰ ਬੜੀ ਮਜ਼ੇ ਦੀ ਗੱਲ ਦੱਸਦਾ ਮੈਨੂੰ ਕਿਸੇ ਬੰਦੇ ਨੇ ਇੱਕ ਵਾਰੀ ਇੱਕ ਸਵਾਲ ਕੀਤਾ ਸੀ ਹਾਂ ਉਹ ਮੈਨੂੰ ਕਹਿੰਦਾ ਇਹ ਭਈ ਜੇ ਤੈਨੂੰ ਮੈਂ ਕਹਾਂ ਵੀ ਤੂੰ ਰਿਲੀਜਨ ਨੂੰ ਡਿਫਾਈਨ ਕਰ ਹਾਂ ਪਰ ਰਿਲੀਜਨ ਹੀ ਵਰਡ ਯੂਜ਼ ਕਰਨਾ ਹਾਂ ਹਾਊ ਵਿਲ ਯੂ ਡਿਫਾਈਨ ਇਟ ਹਾਂ ਅਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਇਟਸ ਅ ਵੇ ਆਫ ਲਾਈਫ ਬਿਲਕੁਲ ਦੈਟਸ ਵਾਟ ਸਿੱਖਇਜ਼ਮ ਇਜ਼ ਠੀਕ ਹੈ ਨਾ ਜਿਹੜੇ ਬਾਕੀ ਦੇ ਧਰਮ ਹੈਗੇ ਇਟਸ ਵੈਨ ਯੂ ਗੋ ਇਨ ਟੂ ਦੈਟ ਬਟ ਆਈ ਡੋਂਟ ਵਾਂਟ ਟੂ ਗੋ ਇਨ ਟੂ ਦੈਟ ਸਾਈਡ ਕਿਉਂਕਿ ਉਹਦੇ ਨਾਲ ਨਾ ਫਿਰ ਅਸੀਂ ਜਿਹੜਾ ਸਾਡਾ ਟੌਪਿਕ ਆ ਨਾ ਉਹ ਨਹੀਂ ਰਹਿਣਾ ਜਿਹੜਾ ਅਸੀਂ ਕਰਨਾ ਚਾਹੁੰਦੇ ਹਾਂ ਜਿਹੜੀ ਇਸ ਵੇਲੇ ਅੱਜ ਦੀ ਡੇਟ ਦੇ ਵਿੱਚ ਮੈਨੂੰ ਇੰਨਾ ਪਤਾ ਪਈ ਦੋਨਾਂ ਪਾਸਿਆਂ ਤੋਂ ਕੁਛ ਇੱਕ ਸ਼ਖਸੀਅਤਾਂ ਹੈਗੀਆਂ ਜਿਹੜੀਆਂ ਇੱਕ ਦੂਜੇ ਨਾਲ ਇੰਟਰੈਕਟ ਕਰਦੀਆਂ ਹੈਗੀਆਂ ਔਰ ਜਿਹੜਾ ਲਹਿੰਦਾ ਪੰਜਾਬ ਆ ਜਿਹਨੂੰ ਕਿ ਪਾਕਿਸਤਾਨ ਸਾਈਡ ਦਾ ਪੰਜਾਬ ਵੀ ਆਪਾਂ ਕਹਿੰਦੇ ਹਾਂ ਜਾਂ ਵੈਸਟ ਪੰਜਾਬ ਵੀ ਕਹਿੰਦੇ ਹੈਗੇ ਹਾਂ ਉਹਦੇ ਵਿੱਚ ਵੀ ਕੋਸ਼ਿਸ਼ ਚੱਲ ਰਹੀ ਵੀ ਪੰਜਾਬੀ ਨੂੰ ਐਜ਼ ਏ ਮਦਰ ਲੈਂਗੁਏਜ ਲਾਗੂ ਕੀਤਾ ਜਾਵੇ ਪੰਜਾਬ 'ਚ ਹਾਊ ਫਾਰ ਤੁਸੀਂ ਸਮਝਦੇ ਹੋ ਵੀ ਦੇ ਵਿਲ ਸਕਸੀਡ ਔਰ ਦੇ ਵਿਲ ਨਾਟ ਸਕਸੀਡ ਦੇਖੋ ਜਦੋਂ ਅਸੀਂ ਮੈਂ ਕਿਉਂਕਿ ਕੌਨਸ਼ੀਅਸ ਪੰਜਾਬੀ ਹੈਗਾ ਔਰ ਪੰਜਾਬੀ ਲਈ ਲੜਦਾ ਵੀ ਹੈਗਾ ਮੈਂ ਅਤੇ ਜਦੋਂ ਪਿਛਲੀ ਗੌਰਮੈਂਟ ਆਈ ਹੈ ਨਾ ਉਹ ਪੰਜਾਬੀਆਂ ਦੀ ਹੈਗੀ ਸੀ ਵਰਨਾ ਦੇ ਪਾਕਿਸਤਾਨ ਹੀ ਜ਼ਿਆਦਾਤਰ ਇੱਧਰੋਂ ਉੱਧਰੋਂ ਆਏ ਨੇ ਪੰਜਾਬੀ ਕਦੀ ਪਾਵਰ 'ਚ ਨਹੀਂ ਆਉਣ ਦਿੱਤੇ ਇਹਨਾਂ ਨੇ ਅਤੇ ਉਹ ਜਦੋਂ ਆਏ ਅਸੀਂ ਫਿਰ ਮੂਵਮੈਂਟ ਚਲਾਈ ਸੀ ਅੱਛਾ ਕਿ ਪੰਜਾਬੀ ਜਿਹੜੀ ਹੈਗੀ ਨਾ ਉੱਥੋਂ ਦੀ ਨੈਸ਼ਨਲ ਲੈਂਗੁਏਜ ਕੀਤੀ ਜਾਏ ਤਾਂ ਕਿ ਲੋਕ ਪੜ੍ਹਨ ਉਹਦੇ 'ਚ ਲਿਖਿਆ ਜਾਏ ਲੇਕਿਨ ਚੰਗੀ ਖਬਰ ਇਹ ਹੈਗੀ ਕਿ ਹੁਣ ਪੰਜਾਬੀ ਦਾ ਬੜਾ ਕੰਮ ਹੋ ਰਿਹਾ ਉੱਧਰ ਪਹਿਲੇ ਤਾਂ ਬਿਲਕੁਲ ਹੀ ਨਹੀਂ ਸੀ ਹੁੰਦਾ ਠੀਕ ਹੁਣ ਬਹੁਤ ਕੰਮ ਹੋ ਰਿਹਾ ਪੰਜਾਬੀ 'ਚ ਮੈਂ ਦੇਖ ਕੇ ਆਇਆ ਮੈਂ ਇੰਨਾ ਖੁਸ਼ ਹੋਇਆ ਨਾ ਪੰਜਾਬ ਸ਼ਾਹਮੁਖੀ 'ਚ ਹੋ ਰਿਹਾ ਬਹੁਤ ਜ਼ਿਆਦਾ ਕਲਾਸਾਂ ਲਿਖੀਆਂ ਹਾਂ ਲੇਕਿਨ ਪੰਜਾਬੀ ਲਿਖੀ ਜਾ ਰਹੀ ਹੈ ਔਰ ਕੌਨਸ਼ੀਅਸਲੀ ਪੜ੍ਹੀ ਜਾ ਰਹੀ ਹੈ ਗਰੁੱਪ ਬਣ ਗਏ ਹੈਗੇ ਨੇ ਉਹਨਾਂ ਦੇ ਡਿਸਕਸ਼ਨ ਹੁੰਦੀਆਂ ਨੇ ਯਾਰ ਮੈਂ ਹੈਰਾਨ ਹੋ ਗਿਆ ਕਿ ਸ਼ਾਹੀ ਜਿਹੜੀ ਬਾਦਸ਼ਾਹੀ ਮਸਜਿਦ ਉਹਦੇ ਥੱਲੇ ਨਾ ਹਰ ਜੁਮੇ ਰਾਤ ਨੂੰ ਹੀਰ ਪੜ੍ਹੀ ਜਾਂਦੀ ਹੈ ਗਰੁੱਪ ਆਫ ਦਾ ਪੀਪਲ ਆਲਮੋਸਟ 60-70-100 ਬੰਦਾ ਜਿਹੜਾ ਹੈਗਾ ਨਾ ਇਕੱਠਾ ਹੁੰਦਾ ਔਰ ਉਹ ਇੰਨੀ ਔਥੈਂਟਿਕ ਹੀਰ ਪੜ੍ਹਦਾ ਪੰਜਾਬੀ 'ਚ ਔਰ ਆ ਕੇ ਹੀਰ ਸੁਣਾਉਂਦਾ ਹੀਰ ਵਾਰਿਸ ਸ਼ਾਹ ਉਹ ਜਿਹੜਾ ਹੀਰ ਵਾਰਿਸ ਦਾ ਇੱਕ ਖਾਸ ਸਟਾਈਲ ਹੈਗਾ ਅਗਰ ਉਹਦੇ ਤੋਂ ਥੁੜਕਣ ਲੱਗੇ ਨਾ ਉਹਨੂੰ ਕਹਿੰਦੇ ਨਾ ਭਾਈ ਆ ਜਾ ਇੱਧਰ ਯਾਨੀ ਕਿ ਇੰਨੇ ਹਾਰਡਕੋਰ ਹੈਗੇ ਹਾਂ ਜਾਂ ਜਿਵੇਂ ਮਿਰਜ਼ਾ ਹੈਗਾ ਮੈਂ ਤੁਹਾਡੀ ਗੱਲ ਅਜੇ ਵਿੱਚੇ ਆ ਮਿਰਜ਼ੇ 'ਤੇ ਵੀ ਆਪਾਂ ਚੱਲਦੇ ਹਾਂ ਮੇਰੇ ਦਾਦਾ ਜੀ ਮੈਨੂੰ ਅਜੇ ਤੱਕ ਚੇਤਾ ਆਇਆ ਭਈ ਉਹਨਾਂ ਦੇ ਕੋਲ ਇੱਕ ਆਉਂਦਾ ਹੁੰਦਾ ਸੀ ਆਪਣਾ ਸਰਦਾਰ ਸੀ ਜ਼ਿਮੀਂਦਾਰ ਜੱਟ ਜ਼ਿਮੀਂਦਾਰ ਬੰਦਾ ਸੀ ਜ਼ਮੀਨ ਜਾਇਦਾਦ ਵੀ ਚੰਗੀ ਸੀ ਉਹਦੀ ਪਰ ਨਾ ਉਹ ਜਦ ਦਾਦਾ ਜੀ ਨੂੰ ਮੇਰਿਆਂ ਨੂੰ ਹੁੰਦਾ ਸੀਗਾ ਸੀ ਅਤੇ ਸੁਨੇਹਾ ਭੇਜ ਦੇਣਾ ਭਈ ਜਾ ਕੇ ਲੈ ਆਓ ਜੀ ਮੇਮੂ ਵਾਲਿਓ ਪਿੰਡ ਤੋਂ ਉੱਥੋਂ ਅਤੇ ਉਹਨੂੰ ਕਹੋ ਬਾਬੂ ਜੀ ਨੇ ਸੱਦਿਆ ਕਿਉਂਕਿ ਮਾਈ ਗ੍ਰੈਂਡਫਾਦਰ ਐਕਚੁਅਲੀ ਹੀ ਰਿਟਾਇਰਡ ਐਜ਼ ਏ ਪੋਸਟ ਮਾਸਟਰ ਜਲੰਧਰ ਮੇਨ ਪੋਸਟ ਆਫਿਸ ਤੋਂ ਨਾ ਸੋ ਵੈਲ ਐਜੂਕੇਟਡ ਸੀਗੇ ਸੀ ਸਭ ਕੁਛ ਸੀ ਅਤੇ ਇਸ ਕਰਕੇ ਜਦ ਪਿੰਡ ਆਏ ਆ ਤਾਂ ਸਾਰੇ ਬਾਬੂ ਜੀ ਕਹਿੰਦੇ ਹੁੰਦੇ ਸੀ ਅਤੇ ਮੈਂ ਜਦ ਜਾਣਾ ਇੱਕ ਵਾਰੀ ਨਹੀਂ ਕਈ ਵਾਰੀ ਮੇਰੇ ਨਾਲ ਹੋਇਆ ਭਈ ਮੋਟਰਸਾਈਕਲ ਨਾ ਜਦ ਜਾ ਕੇ ਖੜ੍ਹਾ ਕਰਨਾ ਤਾਂ ਸਾਰਿਆਂ ਤੋਂ ਪਹਿਲਾਂ ਨਾ ਦਬਕਾ ਇਹੀ ਪੈਂਦਾ ਹੁੰਦਾ ਵੀ ਇਹਨੂੰ ਹੁਣ ਬੰਦ ਵੀ ਕਰ ਦੇ ਕਿਉਂ ਕਿਉਂਕਿ ਉਹ ਬੰਦਾ ਦਾਰ ਜੀ ਬੈਠੇ ਹੁੰਦੇ ਸੀ ਉਹਨਾਂ ਦੇ ਨਾਲ 5-7 ਬੰਦੇ ਹੋਰ ਬੈਠੇ ਹੋਣੇ ਉਹ ਬੰਦਾ ਹੀਰ ਗਾਉਂਦਾ ਹੋਣਾ ਅੱਛਾ ਔਰ ਉਸ ਬੰਦੇ ਦੀ ਜਿਹੜੀ ਹੀਰ ਜਿੱਦਾਂ ਨਾ ਉਹ ਹੈਗੀ ਹੈ ਭਈ ਕੰਨ 'ਤੇ ਹੱਥ ਰੱਖ ਕੇ ਬਾਂਹ ਚੱਕ ਕੇ ਪੈਰਾਂ ਭਾਰ ਬੈਠ ਕੇ ਗਾਉਣੀ ਵਾਹ 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 ਗਾਉਣੀ ਵੀ ਪੈਰਾਂ ਭਾਰ ਬੈਠ ਕੇ ਔਰ ਮੈਂ ਜਦ ਪਹਿਲੀ ਵਾਰੀ ਜਦ ਮੈਨੂੰ ਦਬਕਾ ਪਿਆ ਨਾ ਉਦੋਂ ਤਾਂ ਯੂ ਨੋ ਧਿਆਨ ਨਹੀਂ ਦਿੱਤਾ ਦੂਜੀ ਵਾਰੀ ਜਦ ਪਿਆ ਮੈਂ ਕਿਹਾ ਯਾਰ ਸੁਣੀਏ ਤਾਂ ਸਹੀ ਵੀ ਚੱਕਰ ਕੀ ਹੈ ਕੀ ਹੈਗਾ ਮੈਂ ਅੰਦਰ ਜਾਣ ਦੀ ਵਜ੍ਹਾ ਉੱਥੇ ਹੀ ਬੈਠ ਗਿਆ ਲਓ ਜੀ
ਅੱਜ ਤੱਕ ਮੈਂ ਉਸ ਬੰਦੇ ਦੀ ਹੀਰ ਗਾਈ ਮੇਰੇ ਕੰਨ 'ਚ ਕੰਨ 'ਚ ਨਹੀਂ। ਅੱਛਾ ਹੁਣ ਤੁਹਾਨੂੰ ਮੈਂ ਹੀਰ 'ਤੇ ਗੱਲ ਸੁਣੀ, ਮੈਂ ਬਹੁਤ ਜ਼ਿਆਦਾ ਪੈਸ਼ਨੇਟ ਹੈਗਾ ਹੀਰ 'ਤੇ। ਮੈਂ ਇੱਕ ਪ੍ਰੋਗਰਾਮ ਕਰਾਇਆ ਨਿਊਯਾਰਕ ਯੂਨੀਵਰਸਿਟੀ ਦੇ ਵਿੱਚ, ਉਹਦੇ ਵਿੱਚ ਹੀਰ ਜਿਹੜੀ ਹੈਗੀ ਨਾ, ਹੀਰ ਨੂੰ ਮੈਂ ਟਰਾਂਸਲੇਟ ਇਟਾਲੀਅਨ ਓਪਰਾ 'ਚ ਕਰਾਇਆ, ਯਾਨੀ ਕਿ ਯੂਰਪੀਅਨ ਦੇ ਵਰਜ਼ਨ ਜਿਹੜਾ ਹੈਗਾ ਉਹਦੇ ਵਿੱਚ ਹੀਰ ਹੀਰ ਗਾਈ ਜਾ ਰਹੀ ਓਪਰੇਟਿਕ ਸਪਰੈਨੋ 'ਚ ਹੀ। ਔਰ ਉਹ ਐਸਾ ਕਮਾਲ ਐਕਸਪੀਰੀਅੰਸ ਹੈਗਾ ਕਿ ਉਹਦੇ ਵਿੱਚ ਬੰਦਾ, ਯਾਨੀ ਕਿ ਇਹ ਕਿਉਂਕਿ ਯੂਨੀਵਰਸਲ ਜ਼ਬਾਨ ਹੈ, ਉੱਤੋਂ ਉਹਦੀ ਜਿਹੜੀ ਕਹਾਣੀ ਹੈਗੀ ਉਹ ਜਿਹੜੀ ਹੈਗੀ ਨਾ, ਇੱਕ ਫਿਊਡਰਲ ਸੁਸਾਇਟੀ ਦੇ ਵਿੱਚ ਇੱਕ ਔਰਤ ਨੇ ਜਿਹੜਾ ਸਟੈਂਡ ਲਿੱਤਾ ਮਜ਼ਹਬ ਦੇ ਖਿਲਾਫ, ਮਜ਼ਹਬ ਦੀ ਨਾਟ ਮਜ਼ਹਬ ਦੇ ਖਿਲਾਫ ਬਲਕਿ ਮਜ਼ਹਬ ਦੀ ਜਿਹੜਾ ਇਸਤੇਮਾਲ ਹੁੰਦਾ ਜਿਹੜਾ ਹੁਣ ਤੱਕ ਹੋ ਰਿਹਾ ਜਨੂਨੀਅਤ ਜਿਹੜੀ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵਿੱਚ ਚੱਲ ਰਹੀ ਹੈ ਜਾਂ ਪੂਰੇ ਹਰ ਪਾਸੇ ਚੱਲ ਰਹੀ ਹੈ ਸਾਡੇ ਵੀ ਇਹੀ ਹਾਲ ਸਾਡੇ, ਹਾਂ ਉਹਦੇ ਖਿਲਾਫ ਇੱਕ ਔਰਤ ਨੇ ਜਿਹੜਾ ਸਟੈਂਡ ਲਿੱਤਾ ਹੈਗਾ ਨਾ, ਉਹ ਹੀਰ ਹੈਗੀ ਸੀ ਔਰ ਫਿਊਡਰਲ ਸੁਸਾਇਟੀ ਦੇ ਅੱਗੇ ਇੰਝ ਤੰਨ ਕੇ ਖਲੋਤੀ ਹੈ ਕਿ ਨਹੀਂ ਮੈਂ ਇਹਨੂੰ ਪਸੰਦ ਹੀ ਨਹੀਂ ਕਰਦੀ ਅਤੇ ਇਹਦੇ ਨਾਲ ਤੁਸੀਂ ਮੇਰੇ 'ਤੇ ਕਿਉਂ ਜ਼ੁਲਮ ਕੀਤਾ। ਅੱਛਾ ਹੁਣ ਨਿਊਯਾਰਕ ਯੂਨੀਵਰਸਿਟੀ ਦੇ ਵਿੱਚ ਜਦੋਂ ਅਸੀਂ ਇਹ ਸਪਰੈਨੋ ਹੋਇਆ ਸਭ ਕੁਝ ਹੋਇਆ, ਫਿਰ ਆਂਸਰ ਕੁਸ਼ਚਨ ਸੈਸ਼ਨ ਹੋਇਆ, ਉਹ ਆਂਸਰ ਉੱਥੇ ਇੱਕ ਉਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਇੱਕ ਐਕਸਪਰਟ ਮੰਗਾਈ ਹੋਈ ਸੀ ਜਿਹੜੀ ਮਿਸਟਿਸਿਜ਼ਮ ਦਾ ਬਹੁਤ ਜ਼ਿਆਦਾ ਐਕਸਪਰਟ ਹੈਗੀ ਸੀ, ਉਹਦੇ ਕੋਲ ਇੱਕ ਨੇ ਕੁਸ਼ਚਨ ਕੀਤਾ, ਉਹਨੇ ਕਿਹਾ ਕੀ ਵਜ੍ਹਾ ਹੈਗੀ ਕਿ ਇੰਨੀ ਫੋਕ ਸਟੋਰੀਆਂ ਫੇਮਸ ਹੈਗੀਆਂ ਨੇ, ਬਸ ਸੱਚੀ ਪੁੰਨੂ ਹੈ, ਸੈਤੀ ਮੁਰਾਦ ਹੈ, ਸੋਨਾ ਜੈਨੀ ਹੈ, ਲੈਲਾ ਮਜਨੂ ਹੈ, ਸ਼ੀਰੀ ਫਰਾਦ ਨੇ, ਇੰਨੇ ਹੈਗੇ ਨੇ, ਹੀਰ ਰਾਂਝਾ ਵੀ ਉਹ ਸਭ ਤੋਂ ਜ਼ਿਆਦਾ ਮਸ਼ਹੂਰ ਹੈਗੀ। ਉਹਦੇ ਕੋਲ ਜਵਾਬ ਨਹੀਂ ਦੇਵਾਂ, ਮੈਂ ਖੜਾ ਹੋਇਆ, ਮੈਂ ਕਿਹਾ ਜੀ ਮੈਂ ਦੇ ਜਵਾਬ ਕਿਉਂਕਿ ਮੈਂ ਉਸੇ ਪਿੰਡ ਦਾ ਰਹਿਣ ਵਾਲਾ ਜਿੱਥੇ ਦੀ ਹੀਰ ਹੈਗੀ। ਕਹਿੰਦੀ ਹਾਂ ਤੁਸੀਂ ਆ ਕੇ ਜਵਾਬ। ਮੈਂ ਕਿਹਾ ਜੀ ਦੇਖੋ ਸਾਰੀਆਂ ਕਹਾਣੀਆਂ ਇਸ਼ਕ 'ਤੇ ਮੁੱਕਦੀਆਂ ਨੇ, ਇਹਦੀ ਜਿਹੜੀ ਕਹਾਣੀ ਹੈਗੀ ਨਾ ਹੀਰ ਦੀ, ਇਹਦੀ ਕਹਾਣੀ ਉਹਨੇ ਉਸ ਵੇਲੇ ਦੇ ਅਹਿਦ ਦਾ ਜਿਹੜਾ ਸ਼ਹਿਨਸ਼ਾਹ ਹੈਗਾ ਸੀ ਨਾ ਉਹਦੇ ਸਾਹਮਣੇ ਇਹਨੇ ਸਟੈਂਡ ਲਿੱਤਾ ਸੀ। ਵੀ ਹੈਵ 30 ਸੈਕਿੰਡਸ। ਓਕੇ, ਉਹਨੇ ਸਟੈਂਡ ਲਿੱਤਾ ਹੈਗਾ ਸੀ, ਉਹਨੇ ਕਾਜ਼ੀ ਦੇ ਖਿਲਾਫ ਸਟੈਂਡ ਲਿੱਤਾ ਹੈਗਾ ਜਿਹਨੇ ਉਹਦੇ ਖਿਲਾਫ ਫੈਸਲਾ ਦਿੱਤਾ ਹੀਰ ਦੇ ਖਿਲਾਫ, ਫਤਵਾ ਦਿੱਤਾ ਔਰ ਉਹਨੇ ਗਲਤ ਨਿਕਾਹ ਪੜਾਇਆ। ਉਹਨੇ ਕਿਹਾ ਇਹ ਨਿਕਾਹ ਹੀ ਗਲਤ ਹੈਗਾ, ਜਦਕਿ ਸਾਡੇ ਇਸਲਾਮ ਵਿੱਚ ਇਹ ਕਿਹਾ ਜਾਂਦਾ ਕਿ ਅਗਰ ਔਰਤ 3 ਵਾਰੀ ਕਬੂਲ ਨਾ ਕਰੇ ਤੇ ਉਹਦਾ ਨਿਕਾਹ ਹੀ ਜਾਇਜ਼ ਨਹੀਂ ਹੈ। ਮੈਂ ਕਬੂਲ ਹੀ ਨਹੀਂ ਕੀਤਾ ਹੈਗਾ ਇਸੇ ਉੱਤੇ ਕਿਉਂਕਿ ਸਮਾਂ ਖਤਮ ਹੋ ਗਿਆ ਹੈਗਾ। ਸੌਰੀ ਫਾਰ ਦੈਟ, ਟਿਲ ਨੈਕਸਟ ਟਾਈਮ, ਗੁੱਡ ਨਾਈਟ ਐਂਡ ਗੁੱਡ ਲੱਕ ਐਂਡ ਵੀ ਵਿਲ ਟਰਾਈ ਟੂ ਬ੍ਰਿੰਗ ਦੈਮ ਬੈਕ ਅਗੇਨ। ਥੈਂਕ ਯੂ।